ਛੇਵਾਂ ਦਿਨ ਜਿਹੜਾ ਸੀ ਉਹ ਸਾਰਿਆਂ ਦਾ ਖਾਸ ਦਿਨ ਸੀ, ਕਿਉਂਕਿ ਉਦੋਂ ਮੈਂ ਜਿਹੜਾ ਅਸਲੀ ਪਿੰਡ ਜਿੱਥੋਂ ਮੇਰੇ ਦਾਦਾ ਅਤੇ ਦਾਦੀ ਮੂਵ ਹੋਏ, ਮੇਰੇ ਦਾਦੀ ਜਿਨ੍ਹਾਂ ਨਾਲ ਮੈਂ ਬਚਪਨ ਗੁਜ਼ਾਰਿਆ ਅਤੇ ਜਿਨ੍ਹਾਂ ਤੋਂ ਤਕਰੀਬਨ ਜਿੰਨੀਆਂ ਵੀ ਉਹਨਾਂ ਦੇ ਪਾਰਟੀਸ਼ਨ ਦੇ ਐਕਸਪੀਰੀਅੰਸ ਸੀਗੇ ਜਾਂ ਪਾਰਟੀਸ਼ਨ ਤੋਂ ਪਹਿਲਾਂ ਦੇ ਐਕਸਪੀਰੀਅੰਸ ਸੀ ਉਹਨਾਂ ਨੇ ਸ਼ੇਅਰ ਕੀਤੇ, ਅਤੇ ਇਹ ਜਿਹੜਾ ਟਾਈਮ ਪਿੰਡ ਹੈ ਜੀ ਚੱਕ 185 RB ਜੋ ਕਿ ਚੱਕ ਝੁਮਰੇ ਦੇ ਵਿੱਚ ਪੈਂਦਾ ਹੈ, ਇਹ ਮੇਰੇ ਦਾਦੀ ਅਤੇ ਦਾਦੇ ਦਾ ਪਿੰਡ ਸੀ ਜਿਸ ਟਾਈਮ ਪਾਰਟੀਸ਼ਨ ਹੋਈ। ਫਾਈਨਲੀ ਡਰਾਈਵ ਕਰਕੇ ਪਹੁੰਚੇ ਚੱਕ ਝੁਮਰਾ, ਉੱਥੇ ਮੇਰੇ ਅੱਛੇ ਫਰੈਂਡ ਨੇ ਕਿਉਂਕਿ ਫੇਸਬੁੱਕ ਦੇ ਥਰੂ ਉਹ ਵੀ ਜਿਸ ਤਰ੍ਹਾਂ ਮੇਰੀ ਪਾਰਟੀਸ਼ਨ ਹਿਸਟਰੀ ਅਤੇ ਦੀਆਂ ਪੋਸਟ ਨੂੰ ਫੋਲੋ ਕਰਦੇ ਰਹਿੰਦੇ ਨੇ, ਅਤੇ ਉਹ ਵੀ ਚੱਕ ਝੁਮਰੇ ਦੇ ਨਜ਼ਦੀਕ ਹੀ ਸਾਈਆਂ ਵਾਲੇ ਦੇ ਨੇ, ਅਤੇ ਉਹਨਾਂ ਨੇ ਕਾਫੀ ਪਿੰਡ 'ਚ ਜਾ ਕੇ ਪਤਾ ਵੀ ਕੀਤਾ ਅਤੇ ਉਹਨੇ ਸਾਨੂੰ ਫਿਰ ਬੜਾ ਅੱਛਾ ਵੈਲਕਮ ਕੀਤਾ ਉਹਨਾਂ ਨੇ ਜਿਹੜਾ ਸਾਈ। ਫਿਰ ਪਿੰਡ ਨੂੰ ਗਏ ਜੀ ਚੱਕ 185 RP ਜਿਸ ਦੀਆਂ ਕਿ ਇਸ ਵੇਲੇ ਤਿੰਨ ਪੱਤੀਆਂ ਨੇ, ਬੁੱਧ ਸਿੰਘ, ਬਰਿਆਮ ਸਿੰਘ ਵਾਲਾ ਅਤੇ ਭਗਵਾਨ ਸਿੰਘ ਵਾਲਾ। ਅਤੇ ਮੈਨੂੰ ਵੀ ਇਹ ਸ਼ਾਇਦ ਇੱਕ ਦੋ ਦਿਨ ਪਹਿਲਾਂ ਹੀ ਪਤਾ ਲੱਗਿਆ ਕਿ ਉੱਥੇ ਕਈ ਜਿਹੜੇ ਸਾਡੇ ਬਾਜਵਾ ਜੋ ਕਿ ਸਾਡੇ ਐਕਚੁਅਲੀ ਰਿਲੇਟਿਵਸ ਹੀ ਸੀਗੇ ਜਿਹੜੇ ਕਿ ਉੱਥੇ ਰਹਿ ਗਏ, ਜਿਸ ਤਰ੍ਹਾਂ ਲੱਗ ਫੈਮਿਲੀ ਦੇ ਜਿਹੜੇ ਰਿਆਜ਼ ਬਾਜਵਾ ਸੀਗੇ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਜਿੰਨੇ ਵੀ ਜਿਹੜੇ ਚਾਚੇ ਤਾਏ ਸੀਗੇ ਉਹ ਸਾਰੇ ਇੱਕੋ ਹੀ ਚੱਕ ਦੇ ਵਿੱਚ ਬੈਠੇ ਸੀ, ਅਤੇ ਜਿਹੜੇ ਓਰਿਜਨਲੀ ਜਿਹੜੇ ਨੇ ਮਾਨਕ ਅਤੇ ਸੈਦੋ ਕੇ ਜੋ ਕਿ ਪਿੰਡ ਬਿਲਕੁਲ ਨਜ਼ਦੀਕ ਇੱਕ ਦੂਜੇ ਦੇ ਨਾਲ ਨਾਲ ਨੇ, ਜਿੱਥੋਂ ਤੱਕ ਕਿ ਮੈਂ ਅੰਦਾਜ਼ਾ ਲਾਉਂਦਾ ਕਿ ਸ਼ਾਇਦ ਉਹ ਕਾਫੀ ਵੱਡੀ ਜ਼ਮੀਨ ਹੋਏਗੀ, ਅਤੇ ਫਿਰ ਉਹ ਜ਼ਮੀਨ ਦੇ ਵਿੱਚ ਜਿਸ ਤਰ੍ਹਾਂ ਕੇਰਾਂ ਅਤੇ ਮਾਨਾ ਵਾਲਾ ਬਣ ਗਿਆ ਉੱਦਾਂ ਹੀ ਉਹ ਸੈਦੋ ਕੇ ਅਤੇ ਮਾਨਕ ਸ਼ਾਇਦ ਬਣ ਗਿਆ, ਅਤੇ ਉਹ ਫਿਰ ਜਿਸ ਤਰ੍ਹਾਂ ਇਕੱਠੇ ਜਦੋਂ ਮੂਵ ਹੋਏ ਅਤੇ ਬਾਹਰ ਦੇ ਵਿੱਚ ਜਿਹੜੇ ਚੱਕ ਝੁਮਰੇ ਦੇ ਵਿੱਚ ਮੂਵ ਹੋਏ, ਅਤੇ ਉਹਨਾਂ ਨੂੰ ਕਿਉਂਕਿ ਉਹ ਮੇਰੇ ਦਾਦਾ ਦਾ ਘਰ ਜਾਣਦੇ ਸਨ, ਕਿਉਂਕਿ ਉਹ ਦੱਸਦੇ ਸਨ ਕਿ ਜਦੋਂ ਛੋਟੇ ਸਨ ਅਤੇ ਉਹਨਾਂ ਦੇ ਫਾਦਰ ਨੇ ਇੱਕ ਟਾਈਮ ਜਿਸ ਤਰ੍ਹਾਂ ਉਹਨਾਂ ਨੇ ਪੁੱਛਿਆ ਸੀ ਵੀ ਇਹ ਕਿਹਦਾ ਘਰ ਹੈ, ਅਤੇ ਉਹਨਾਂ ਨੇ ਦੱਸਿਆ ਸੀ ਇਹ ਹਰਦੇਵ ਸਿੰਘ ਦਾ ਘਰ ਹੈ। ਅਤੇ ਇੱਥੇ ਮੇਨ ਬੁਰਜੀ ਹੁੰਦੀ ਸੀ। ਅੱਛਾ ਜੀ। ਇੱਥੇ ਮੇਨ ਦਰਵਾਜ਼ਾ ਹੁੰਦਾ ਸੀ ਸਾਡੇ, ਇਹ ਗੇਟ ਸੀ ਲੱਕੜ ਦੀ, ਇੱਥੇ ਫਾਟਕ ਲੱਗਾ ਹੁੰਦਾ ਸੀ, ਪਹਿਰੇਦਾਰ ਹੁੰਦਾ ਸੀ, ਚੌਕੀਦਾਰ, ਰਾਜ ਦੀ ਡਿਊਟੀ ਹੁੰਦੀ ਸੀ। ਰਾਤ ਮਹਿਮਾਨ ਆਇਆ, ਗੇਟ ਖੜਕਾਉਣਾ ਨੇ, ਅਤੇ ਮੈਂ ਫਲਾਂ ਦਾ ਮਹਿਮਾਨ ਆ, ਫਿਰ ਇਹਨੇ ਆਉਣਾ। ਇੱਕ ਇੱਧਰ ਹੁੰਦਾ ਸੀ, ਇੱਕ ਪਰਲੀ ਸਾਈਡ 'ਤੇ ਹੁੰਦਾ ਸੀ। ਹਾਂ ਹਾਂ। ਉਹ ਤੁਹਾਡਾ ਘਰ ਹਵਾ ਆਉਣ ਤੁਹਾਨੂੰ ਲੱਕੜ ਦਾ ਵੱਡਾ ਤੁਹਾਨੂੰ
ਅਤੇ ਬੜਾ ਅੱਛਾ ਟਾਈਮ ਗੁਜ਼ਰਿਆ ਜੀ ਚੱਕ ਝੁੰਮਰੇ 'ਚ। ਬਾਜਵਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਅਤੇ ਅਸੀਂ ਫਿਰ ਉਹਨਾਂ ਨਾਲ ਫਿਰ ਕਾਫੀ ਪੁਰਾਣੀਆਂ ਗੱਲਾਂ ਸੀ ਕਿਉਂਕਿ ਉਹਨਾਂ ਦੀ ਵੀ ਕਾਫੀ ਉਹਨਾਂ ਜਿਹੜੀ ਕਲੋਜ਼ ਫੈਮਿਲੀ ਵੀ ਸੀਗੀ ਜਿਹੜੀ ਉਹ ਵੀ ਉਸੇ ਟਾਈਮ 'ਤੇ ਉਹਨਾਂ ਤੋਂ ਵਿਛੜ ਗਈ ਸੀ ਅਤੇ ਫਿਰ ਜਿਹੜੀ ਸਾਡੀ ਅਸੀਂ ਜਿਹੜੇ ਐਕਸਟੈਂਡਡ ਫੈਮਿਲੀ ਅਤੇ ਰਿਲੇਟਿਵ ਸੀਗੇ ਉਹ ਵੀ ਅਤੇ ਇੱਕ ਤਰ੍ਹਾਂ ਉਹਨਾਂ ਦੇ ਮਨ ਵਿੱਚ ਵੀ ਇੱਕ ਜਿਹੜਾ ਦਰਦ ਮੈਂ ਮਹਿਸੂਸ ਕੀਤਾ ਵੀ ਜਿਹੜੇ ਆਪਣਿਆਂ ਤੋਂ ਵੱਖਰੇ ਹੋਣ ਦਾ ਦਰਦ ਅਤੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਅੱਜ ਵੀ ਉਹਨਾਂ ਦੇ ਦਿਲ ਦੇ ਵਿੱਚ ਉਹ ਦਰਦ ਹੈ ਕਿ ਜਿਹੜੇ ਆਪਣੇ ਨੇ ਉਹ ਵਿਛੜ ਗਏ ਅਤੇ ਉਹਨਾਂ ਬੜੀ ਖੁਸ਼ੀ ਮਹਿਸੂਸ ਕੀਤੀ ਜਦੋਂ ਮੈਂ ਗਿਆ ਅਤੇ ਮੇਰਾ ਬੜਾ ਅੱਛਾ ਉਹਨਾਂ ਨੇ ਵੈਲਕਮ ਕੀਤਾ ਵੀ ਜਿੱਦਾਂ ਨਾ ਮੈਨੂੰ ਐਂ ਲੱਗਦਾ ਸੀ ਵੀ ਮੈਂ ਜਿੱਦਾਂ ਨਾ ਚੜ੍ਹਦੇ ਪੰਜਾਬ 'ਚ ਆਪਣੇ ਨਾ ਘਰ ਆ ਗਿਆ ਹੈ। ਉਹਨਾਂ ਨੇ ਮੈਨੂੰ ਘਰ ਵਿਖਾਇਆ, ਫਿਰ ਮੇਰੇ ਕੋਲ ਕੁਝ ਪੁਰਾਣੀਆਂ ਤਸਵੀਰਾਂ ਸੀ, ਫਿਰ ਅਸੀਂ ਉਹ ਵੇਖੀਆਂ ਕਿ ਮੈਂ ਵੇਖਣੀ ਸੀ ਵੀ ਉਹ ਤਸਵੀਰ 'ਚ ਕਿਹੜੀ ਕੰਧ ਹੈ, ਅਤੇ ਫਿਰ ਅਸੀਂ ਉੱਥੇ ਪੂਰਾ ਜਿਹੜਾ ਘਰ ਹੈ ਉਹ ਵੇਖਿਆ ਅਤੇ ਉਹ ਅਜੇ ਵੀ ਕਈ ਏਰੀਏ 'ਤੇ ਚੇਂਜ ਹੋ ਜਾਂਦੇ ਨੇ ਪਰ ਕਾਫੀ ਸਾਰੇ ਏਰੀਆ ਉਸੇ ਤਰ੍ਹਾਂ ਸਲਾਮਤ ਨੇ। ਕੁਝ ਕੋਈ ਸਾਈਡਾਂ ਤੋਂ ਨਾ ਢਾਤੀ ਆ, ਸਾਈਡ ਢਾਤੀ ਸਾਰੀ ਘਰ ਦੀ, ਆ ਪਿਛਲੇ ਪਾਸੇ ਕੰਧ ਹੁੰਦੀ ਸੀ ਸਾਡੇ ਇਸ ਹਵੇਲੀ ਦੀ। ਆ ਜਾਓ ਪੰਝੱਤਰ ਸਾਲ ਉਹਨਾਂ ਨੂੰ ਲੱਗੇ ਲੇਕਿਨ ਪਹੁੰਚ ਚੁੱਕੇ ਨੇ ਇਸ ਵੇਲੇ। ਇੰਤਹਾਈ ਜਜ਼ਬਾਤੀ ਮੰਜ਼ਰ ਹੈ ਸਾਡੇ ਸਾਹਮਣੇ ਅਗਰ ਤੁਸੀਂ ਦੇਖਦੇ ਹੋ। ਅਤੇ ਇਹਨਾਂ ਦੇ ਦਾਦਾ ਜੀ ਹਰਦੇਵ ਸਿੰਘ ਬਾਜਵਾ ਹੋਰਾਂ ਦਾ ਇਹ ਘਰ ਸੀ ਔਰ ਦੱਸਦੇ ਇਹੀ ਹਨ ਕਿ ਪਾਰਟੀਸ਼ਨ ਤੋਂ ਕੋਈ ਥੋੜ੍ਹਾ ਜਿਹਾ ਕੋਈ 3-4 ਸਾਲ ਪਹਿਲੇ ਹੀ ਇਹ ਘਰ ਮੁਕੰਮਲ ਹੋਇਆ ਸੀ ਲੇਕਿਨ ਰਹਿਣਾ ਨਸੀਬ ਨਹੀਂ ਹੋਇਆ। ਉਸ ਤੋਂ ਬਾਅਦ ਕੋਈ ਨਹੀਂ ਆ ਪਾਇਆ ਵਾਪਸ। ਸੋ ਇਹ ਹੈ ਘਰ ਸਾਹਮਣੇ ਖੜ੍ਹੇ ਹਨ ਜਸ਼ਨ ਸਿੰਘ ਬਾਜਵਾ ਜੀ ਔਰ ਜਿਹੜੇ ਸਾਡੇ ਨਾਲ ਖੜ੍ਹੇ ਨੇ ਬਾਜਵਾ ਸਾਹਿਬ ਇਹਨਾਂ ਦੇ ਰਿਸ਼ਤੇ 'ਚ ਕਜ਼ਨ ਲੱਗਦੇ ਆ, ਇੱਕ ਹੀ ਫੈਮਿਲੀ ਦੇ ਲੋਕ ਔਰ ਅੱਜ ਇਕੱਠੇ ਹੋਏ ਨੇ। ਇਹ ਰਿਆਜ਼ ਬਾਜਵਾ ਸਾਹਿਬ ਜਿਹਨੂੰ ਅਲ ਮਰੂਫ ਨਵਾਜ਼ ਸਿੱਖ ਆਉਂਦੇ ਨੇ ਉਹਨਾਂ ਦੇ ਵੱਡੇ ਬੇਟੇ ਨੇ। ਅੱਛਾ ਅੱਛਾ, ਮੈਂ ਉਹਨਾਂ ਦਾ ਭਾਈ ਆ। ਤੇ ਤੁਹਾਨੂੰ ਅਜੇ ਸਿੱਖ ਕੌਣ ਆਖਦਾ ਹੈ? ਮੇਰੇ ਵਾਲਦ ਦਾ ਨਾਂ ਸਰਦਾਰ ਬਲਰਾਜ ਸਿੰਘ ਸੀ ਜੀ ਜੀ,
ਇਹ ਨਵਾਜ਼ ਤੋਂ ਛੋਟੇ ਨੇ ਸਰਦਾਰ ਇਮਤਿਆਜ਼ ਬਾਜਵਾ, ਠੀਕ ਹੈ, ਇਹਨਾਂ ਦੇ ਵਾਲਦ ਦਾ ਨਾਂ ਤੇ ਅਲੀ ਦੇ ਦਾਦੇ ਦਾ ਨਾਂ ਸਰਦਾਰ ਇਕਬਾਲ ਸਿੰਘ ਸੀ, ਉਹ ਫਿਰ ਗੁਲਾਮ ਰਸੂਲ ਤੇ ਗੁਲਾਮ ਮੁਹੰਮਦ ਹੋ ਗਏ ਪਹਿਲਿਆਂ ਨਾਵਾਂ ਤੋਂ, ਠੀਕ ਹੈ। ਮੇਰੇ ਵਾਲਦ ਸਾਹਿਬ ਦੀ ਏਜ 23 ਸਾਲ ਸੀ, ਇਹਨਾਂ ਦੇ ਵਾਲਦ ਦੀ ਉਮਰ ਉਦੋਂ 16-17 ਸਾਲ ਸੀ। ਇਹ ਫਿਰ ਜਿਹੜਾ ਇਹ ਮਜ਼ਹਬ ਦੀ ਤਬਦੀਲੀ ਹੁੰਦੀ ਹੈ, ਮਜ਼ਹਬ ਬਦਲਿਆ ਜਾਂਦਾ ਹੈ ਪਾਰਟੀਸ਼ਨ ਦੇ ਵੇਲੇ, 47 ਦੇ ਪਾਰਟੀਸ਼ਨ ਤੋਂ ਬਾਅਦ ਫਿਰ ਬਦਲਿਆ ਜਾਂਦਾ। ਹਾਂਜੀ, ਪਾਰਟੀਸ਼ਨ ਤੋਂ ਬਾਅਦ। ਔਰ ਤੁਹਾਡੀ ਫੈਮਿਲੀ ਦੇ ਨਾਲ ਜਿਹੜਾ ਸਿੱਖ ਕਨੈਕਸ਼ਨ ਹੈ ਅੱਜ ਵੀ ਉਸੇ ਤਰੀਕੇ ਦੇ ਲੋਕ ਉਸੇ ਤਰੀਕੇ ਦੇ ਬਾਈ ਜਸ਼ਨ ਸਿੰਘ ਦੇ ਜਿਹੜੇ ਗ੍ਰੈਂਡਪਾ ਸਨ ਦਾਦਾ ਜੀ ਜੀ, ਮੇਰੇ ਦਾਦਾ ਸਰਦਾਰ ਭਗਵਾਨ ਸਿੰਘ, ਇਹਨਾਂ ਦੇ ਹਰਦੇਵ ਸਿੰਘ ਬਾਜਵਾ, ਇਹ ਸਾਰੀ ਇੱਕ ਫੈਮਿਲੀ ਸੀ, ਇੱਕ ਹੀ ਫੈਮਿਲੀ ਸੀ। ਹਾਂਜੀ, ਨਜ਼ਦੀਕ ਵਰਿਆਮ ਸਿੰਘ ਹੈ, ਇਹ ਸਾਰੀ ਇੱਕ ਫੈਮਿਲੀ। ਇਹ ਫਿਰ ਸਾਰੇ ਤੇ ਚਲੇ ਗਏ, ਇਹ ਵੀ ਮੁਸੀਬਤ ਦੇ ਵਿੱਚ ਚਲੇ ਗਏ, ਪਿੱਛੇ ਫਿਰ ਇਕੱਲਾ ਘਰ ਰਿਹਾ, ਮੁਸੀਬਤਾਂ ਤੇ ਬੋਝੀਆਂ ਹੋਣਗੀਆਂ ਬੜੀਆਂ। ਵਜ੍ਹਾ ਇਹ ਸੀ ਕਿ ਸਾਡੀ ਜਿਹੜੀ ਦਾਦੀ ਸਨ ਉਹ ਮੁਸਲਮਾਨ ਸਨ, ਠੀਕ ਹੈ, ਤੇ ਉਹਨਾਂ ਦੇ 3 ਹੀ ਬੇਟੇ ਸਨ। ਹਾਂ, ਤੇ ਉਹ ਸਾਰੇ ਜਦੋਂ ਦਾਦੀ ਮੁਸਲਮਾਨ ਸਨ ਤੇ ਜਿਸ ਪਾਸੇ ਮਾਂ ਨੇ ਆਉਣਾ ਸੀ ਔਲਾਦ ਵੀ ਉਸੇ ਪਾਸੇ ਹੀ ਆਉਣਾ ਸੀ, ਤੇ ਫਿਰ ਉਹ ਮੁਸਲਮਾਨ ਹੋ ਗਏ, ਜਸ਼ਨ ਸਿੰਘ ਹੁਣੀ ਸਰਦਾਰ ਸਾਹਿਬ ਰਹਿ ਗਏ। ਚਲੋ ਫਿਰ ਸਰਦਾਰ ਸਾਹਿਬ ਤੇ ਪੰਜਾਬੀ ਮੁਸਲਿਮ ਤੇ ਪੰਜਾਬੀ ਹੈ ਤੇ ਇੱਕੋ ਹੀ DNA ਇਸ ਟਾਈਮ ਫਿਰ ਇਕੱਠੇ ਹੋਏ, ਔਰ ਬੜੇ ਤੁਸੀਂ ਕਹਿ ਲਓ ਕਿ ਜਜ਼ਬਾਤੀ ਮੰਜ਼ਰ ਹੈ, ਤੇ ਪਿਆਰ ਵੀ ਬਹੁਤ ਜ਼ਿਆਦਾ ਸੀ, ਕਿਉਂਕਿ ਇਸ ਤਰ੍ਹਾਂ ਤਾਂ ਸਿਗਾ ਹੀ ਨਹੀਂ ਪਈ ਜਿਸ ਤਰ੍ਹਾਂ ਵੀ ਅਸੀਂ ਸਰਦਾਰ ਹਾਂ ਅਤੇ ਕੋਈ ਜਿਹੜਾ ਡਿਊਟੀ ਕਰ ਰਿਹਾ ਉਹ ਸਾਡੇ ਤੋਂ ਥੱਲੇ ਹੈ। ਜਿਹੜਾ ਪਿਆਰ ਇੱਕ ਪਰਿਵਾਰ ਵਾਲਾ ਹੀ ਪਿਆਰ ਸੀ, ਕਿਉਂਕਿ ਉਹਨਾਂ ਨੂੰ ਵੀ ਜਿਸ ਤਰ੍ਹਾਂ ਅੱਜ ਵੀ ਅਸੀਂ ਕਹਿੰਦੇ ਹਾਂ ਲਾਈਕ ਜਿਹੜੀ ਇੱਕ ਫੈਮਿਲੀ ਸਾਡੇ ਨਾਲ ਉਹ ਮੂਵ ਹੋਈ, ਉਹਨਾਂ ਨੂੰ ਅੱਜ ਵੀ ਅਸੀਂ ਭੂਆ ਪਿਆਰੋ ਕਹਿੰਦੇ ਹਾਂ। ਸੋ ਜਿਸ ਤਰ੍ਹਾਂ ਚਾਚਾ ਭੂਆ ਸਾਰੇ ਚਾਚਾ ਭੂਆ ਇੱਕ ਐਕਸਟੈਂਡਡ ਫੈਮਿਲੀ ਹੀ ਸੀ ਪਿੰਡ ਦੇ ਵਿੱਚ। ਪਿੰਡ 'ਚ ਇਹ ਕੋਈ ਫਰਕ ਨਹੀਂ ਸੀਗਾ ਵੀ ਹਾਂ ਮੈਂ ਵੱਡਾ ਹਾਂ ਤੂੰ ਛੋਟਾ ਹਾਂ, ਕਿ ਇੱਕ ਜਿਹੜਾ ਪੰਜਾਬ ਦਾ ਜਿਹੜਾ ਅਸਲੀ ਕਲਚਰ ਹੈ ਵੀ ਹਰ ਕਿਸੇ ਦਾ ਜਿਹੜਾ ਪੇਰੈਂਟਸ ਦੱਸਦੇ ਸਨ ਬੱਚਿਆਂ ਨੂੰ ਕਿ ਹਾਂਜੀ ਨਹੀਂ ਤੁਸੀਂ ਇੱਦਾਂ ਨਹੀਂ ਬੋਲ ਸਕਦੇ, ਜਿਹੜਾ ਇਹਨੂੰ ਚਾਚਾ ਕਹਿਣਾ, ਇਹਨੂੰ ਜਿਹੜਾ ਹੈਗਾ ਭੂਆ ਕਹਿਣਾ, ਅਤੇ ਉਹ ਜਿਹੜਾ ਇੱਕ ਕਲਚਰ ਜਿਹੜਾ ਬਣਿਆ ਸੀ ਉਹ ਚੱਕ ਝੁੰਮਰੇ ਵਿੱਚ। ਉਹ ਕਲਚਰ ਪਾਰਟੀਸ਼ਨ ਤੋਂ ਪਹਿਲਾਂ ਜਿਸ ਹਿਸਾਬ ਨਾਲ ਮੇਰੇ ਦਾਦੀ ਜੀ ਦੱਸਦੇ ਨੇ ਵੀ ਚੱਕ ਝੁੰਮਰੇ ਦੇ ਵਿੱਚ ਇਸ ਤਰ੍ਹਾਂ ਹੀ ਜਿਹੜਾ ਉਹ ਕਲਚਰ ਜਿਹੜਾ ਹੈ ਉਹ ਮੇਨਟੇਨ ਸੀ ਉਸ ਜ਼ਮਾਨੇ ਦੇ ਵਿੱਚ। ਕਮਰੇ ਦਾ ਇਹ 100% ਉਹੀ ਦਰਵਾਜ਼ਾ ਹੈ, ਉਂਝ ਹੀ ਖੜ੍ਹਾ ਹੈ, ਅੱਛਾ ਕਿ ਇਹ ਜਿਹੜੇ ਕੁੰਡੇ ਇਹ ਤਾਂ ਨਜ਼ਰ ਆ ਰਹੇ ਨੇ, ਇਹ ਵੀ ਉਹੀ ਕੁੰਡੇ ਵੀ ਉਹੀ ਹੈ, ਅਤੇ ਸਭ ਕੁਛ ਇਹੀ ਹੈ, ਸਿਰਫ ਬਦਲਿਆ ਹੈ ਤਾਂ ਵੇਲਾ ਬਦਲਿਆ ਹੈ, ਔਰ 75 ਸਾਲ ਬਦਲੇ ਔਰ ਨਾਵੇਂ ਬਦਲੇ, ਔਰ ਲੋਕਾਂ ਦੀਆਂ ਜਿਹੜੀਆਂ ਰੂਟਸ ਇਹਨੂੰ ਉਹ ਇੱਧਰ ਤੋਂ ਉੱਧਰ ਕੀਤੀਆਂ ਗਈਆਂ। 77 ਸਾਲ ਬਾਅਦ ਉਹੀ ਚੀਜ਼ਾਂ ਨੇ ਇਸ ਤੱਕ, ਇਹ ਤਾਂ ਅਗਰ ਅਸੀਂ ਦੇਖੀਏ ਤਾਂ 80 ਸਾਲ ਪਹਿਲੇ ਦੀਆਂ ਚੀਜ਼ਾਂ ਹੋਣਗੀਆਂ ਜੀ। ਜੀ ਜੀ, 75 ਸਾਲ ਪਾਰਟੀਸ਼ਨ ਹੋ ਗਏ, 5-7 ਸਾਲ ਪਹਿਲੇ ਦੀਆਂ 10 ਸਾਲ ਪਹਿਲੇ ਬਣਾਇਆ ਵੀ ਹੋਏਗਾ ਇਹ, ਔਰ ਬੜੀ ਮਜ਼ਬੂਤ ਲੱਕੜ ਉਸ ਵੇਲੇ ਹੁੰਦੀ ਸੀ ਜੀ, ਅਗਰ ਅਸੀਂ ਦੇਖੀਏ ਤਾਂ ਅੱਜ ਵੀ ਇਹ ਉਂਝ ਹੀ ਖੜ੍ਹੀ ਹੈ, ਕੋਈ ਐਸਾ ਨਹੀਂ, ਔਰ ਅੱਗੇ ਵੀ ਇਹਨੂੰ ਅਗਰ ਬਚਾਇਆ ਜਾਵੇ ਤਾਂ ਲੱਗਦਾ ਹੈ ਇਤਨਾ ਅਰਸਾ ਹੋ ਗਿਆ ਇਹ ਕੱਟ ਜਾਵੇ, ਸਪਰੇ ਹੋ ਜੇ ਸੇਮ ਦੀ ਬਾਰਾ ਤੇ ਅਜੇ ਵੀ 50 ਸਾਲ ਕੱਟ ਜਾਂਦੇ। ਔਰ ਅਗਰ ਅਸੀਂ ਦੇਖੀਏ ਤੇ ਉੱਪਰ ਵਾਲੀਆਂ ਇੱਟਾਂ ਤੱਕ ਜਿਹੜੀਆਂ ਹਨ ਜੋ ਡਿਜ਼ਾਈਨ ਬਣਾਏ ਗਏ ਸਨ ਉਹ ਸਾਰੇ ਉਂਝ ਦੇ ਉਂਝ ਹੀ ਖੜੇ ਆ। ਸੋ ਇਸ ਗੜ੍ਹ ਦੇ ਵਿੱਚ ਅਗਰ ਵੇਖੀਏ ਤਾਂ ਅਸੀਂ ਕੋਈ 90% ਦੇ ਕਰੀਬ ਇਹ ਉਹੀ ਗੜ੍ਹ ਹੈ, ਛੋਟੀ ਮੋਟੀ ਦੇ ਅੰਦਰ ਕੁਝ ਜਿਹੜੀ ਨਾਲ ਇਸ ਨੂੰ ਵਧਾਇਆ ਗਿਆ ਹੈ, ਤਬਦੀਲੀਆਂ ਕੁਝ ਆਈਆਂ, ਤਬਦੀਲੀ ਛੋਟੀ ਮੋਟੀ ਜਿਹੜੀ ਹੈ ਉਹ ਕੀਤੀ ਗਈ। ਬਾਰੇ ਇੱਥੇ 4 ਦੁਆਰੇ ਵੀ ਹੋਏਗੀ। ਬੋਲਣਾ
ਜਸ਼ਨ ਸਿੰਘ ਦੀਆਂ ਅੱਖਾਂ 'ਚ ਆਸੂ ਨੇ ਜੀ, ਅਤੇ ਦਾਦਾ ਜੀ ਦੇ ਘਰ ਦੀ ਛੱਤ 'ਤੇ ਖਲੋ ਕੇ ਉਹਨਾਂ ਕੋਲ ਦੱਸਿਆ ਨਹੀਂ ਜਾ ਰਿਹਾ, ਜਜ਼ਬਾਤ ਕਾਬੂ 'ਚ ਨਹੀਂ ਆ ਰਹੇ। ਵੈਸੇ ਬੜੀਆਂ ਗੱਲਾਂ ਕਰਦੇ ਨੇ, ਬੜੇ ਖੁਸ਼ ਖਲਾਕ ਨੇ ਮਾਸ਼ਾਅੱਲਾ, ਪਰ ਇਸ ਵਕਤ ਉਹ ਜਜ਼ਬਾਤ ਵਿੱਚ ਨੇ, ਜਜ਼ਬਾਤ ਕਾਬੂ 'ਚ ਨਹੀਂ ਆ ਰਹੇ ਕਿ ਗ੍ਰੈਂਡ ਆਪਣੇ ਦਾਦਾ ਜੀ ਦੀ ਛੱਤ ਦੇ ਉੱਤੇ ਖਲੋਤੇ ਨੇ 77 ਸਾਲ ਬਾਅਦ। ਇਸ ਵੇਲੇ ਜਸ਼ਨ ਸਿੰਘ ਬਾਜਵਾ ਜੀ ਆਪਣੇ ਦਾਦਾ ਦੀ ਜਿਹੜਾ ਘਰ ਹੈ ਉਸਦੀ ਛੱਤ 'ਤੇ ਮੌਜੂਦ ਹਨ, ਔਰ ਉਹਦੇ ਕਰੀਬ ਉਹਨਾਂ ਦੇ ਜਿਹੜੇ ਕਜ਼ਨ ਹਨ ਉਹ ਵੀ ਖੜ੍ਹੇ ਹਨ ਜਿਹੜੇ ਇੱਥੋਂ ਦੇ ਪੰਜਾਬੀ ਮੁਸਲਿਮ ਹਨ। ਅਤੇ ਇਹ ਆਪਣੇ ਵੱਡਿਆਂ ਨੂੰ ਯਾਦ ਕਰਨ ਲਈ ਕੁਛ ਆਪਣੇ ਉਹਨਾਂ ਦੀ ਯਾਦ ਵਾਸਤੇ ਫੁੱਲ ਲੈ ਕੇ ਆਏ ਹਨ, ਮੋਮਬੱਤੀਆਂ ਜਲਾਉਣਾ ਚਾਹ ਰਹੇ ਹਨ। ਇਹਨਾਂ ਦੇ ਵੱਡੇ ਕਜ਼ਨ ਰਿਆਜ਼ ਸਾਹਿਬ ਵੀ ਖੜ੍ਹੇ ਹਨ, ਉਹਨਾਂ ਦੇ ਬਾਈ ਵੀ ਖੜ੍ਹੇ ਹਨ, ਨਾਲ ਜਿਹੜੇ ਛੋਟੇ ਕਜ਼ਨ ਹਨ ਉਹ ਵੀ ਖੜ੍ਹੇ ਹਨ। ਸੋ ਇੱਕ ਹੀ ਫੈਮਿਲੀ ਇੱਥੇ ਖੜ੍ਹੀ ਹੈ, ਇਸ ਲਈ ਅਸੀਂ ਸਾਈਡ 'ਤੇ ਆ ਕੇ ਫੈਮਿਲੀ ਦਾ ਮਾਮਲਾ ਹੈ, ਫੈਮਿਲੀ ਜਾਣੇ ਔਰ ਆਪਣੇ ਵੱਡਿਆਂ ਨੂੰ ਇੱਕ ਤਰ੍ਹਾਂ ਦੀ ਇਹ ਯਾਦ ਕਰ ਰਹੇ ਹਨ। ਜਸ਼ਨ ਸਿੰਘ ਬਾਜਵਾ ਜੀ ਦੱਸਣਗੇ ਕਿ ਇਸ ਦੀ ਲੋੜ ਤੁਹਾਨੂੰ ਕਿਉਂ ਮਹਿਸੂਸ ਹੋਈ, ਪਲੀਜ਼ ਦੱਸੋ। ਹਾਂਜੀ, ਜਿਸ ਤਰ੍ਹਾਂ ਮੈਂ ਅੱਗੇ ਵੀ ਦੱਸਿਆ ਹੈ ਕਿ ਜਿਸ ਤਰ੍ਹਾਂ ਹੁਣ 75 ਸਾਲ ਹੋ ਚੁੱਕੇ ਨੇ, ਜਿਸ ਤਰ੍ਹਾਂ ਕੋਈ ਵੀ ਹਿਸਟਰੀ ਦੇ ਵਿੱਚ ਕੋਈ ਵੀ ਵਾਕਿਆ ਹੁੰਦਾ ਹੈ ਅਤੇ ਹਰ ਕੋਈ ਕਿਤਾਬਾਂ ਲਿਖੀਆਂ ਜਾਂਦੀਆਂ ਨੇ, ਕਈ ਚੀਜ਼ਾਂ ਦੱਸੀਆਂ ਜਾਂਦੀਆਂ ਨੇ। ਜਿਹੜਾ ਪਾਰਟੀਸ਼ਨ ਹੈ ਇੱਕ ਬਹੁਤ ਵੱਡਾ ਜਿਹੜਾ ਇਵੈਂਟ ਸੀਗਾ, ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿਸ ਤਰ੍ਹਾਂ ਹਿਸਟਰੀ ਵਿੱਚ ਇਸ ਨੂੰ ਉਹ ਕਵਰੇਜ ਨਹੀਂ ਮਿਲਿਆ। ਜੇ ਤੁਸੀਂ ਦੇਖੋ ਵੀ ਜਿਹੜੇ 2 ਮਿਲੀਅਨ ਲੋਕਾਂ ਦੀਆਂ ਜਾਨਾਂ ਗਈਆਂ, 20 ਮਿਲੀਅਨ ਲੋਕ ਜਿਹੜੇ ਨੇ ਉਹ ਉੱਜੜ ਗਏ, ਅਤੇ ਕਈ ਫੈਮਲੀਆਂ ਨੇ ਜਿਹੜੀਆਂ ਬਿਲਕੁਲ ਵੱਖ ਵੱਖ ਹੋ ਗਈਆਂ। ਜਿਸ ਤਰ੍ਹਾਂ ਪਾਕਿਸਤਾਨ ਤਾਂ ਆਉਣ ਤੋਂ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਕਿ ਜਿਹੜੀਆਂ ਵੀ ਕੁਝ ਜਿਹੜੇ ਸਾਡੇ ਕਜ਼ਨ ਫੈਮਲੀਜ਼ ਨੇ ਵੀ ਉਹ ਇਸ ਪਿੰਡ ਦੇ ਵਿੱਚ ਰਹਿ ਗਈਆਂ, ਐਂਡ ਦੈਨ ਮੈਨੂੰ ਅੱਜ ਫਾਈਨਲੀ ਉਹਨਾਂ ਨੂੰ ਮਿਲਣ ਦਾ ਮੌਕਾ ਲਾਈਕ ਮਿਲਿਆ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਮੇਰੇ ਜਿਹੜੇ ਗ੍ਰੈਂਡ ਪੇਰੈਂਟਸ ਸੀ, ਮੇਰੇ ਦਾਦੀ, ਇਸ ਪਿੰਡ ਦੀਆਂ ਕਹਾਣੀਆਂ, ਸ਼ਾਇਦ ਮੈਂ ਜਦੋਂ ਤੋਂ ਬੋਲਣਾ ਸਿੱਖਿਆ ਮੈਂ ਇਸ ਪਿੰਡ ਦੀਆਂ ਜਿਹੜੀਆਂ ਨੇ ਕਹਾਣੀਆਂ ਲਾਈਕ ਸੁਣੀਆਂ ਨੇ, ਚੱਕ ਚੁੰਮਰੇ ਦੀਆਂ, ਘੋੜੀਆਂ 'ਤੇ ਜਿਸ ਤਰ੍ਹਾਂ ਸਟੇਸ਼ਨ 'ਤੇ ਜਾਣਾ, ਅਤੇ ਹਰ ਇੱਕ ਜਿਹੜੀ ਨਿੱਕੀ ਨਿੱਕੀ ਉਸ ਸਮੇਂ ਦੀ ਜਿਹੜੀ ਡਿਟੇਲ ਹੈ ਇਸ ਪਿੰਡ ਦੀ, ਉਹ ਮੇਰੇ ਜ਼ਿਹਨ ਦੇ ਵਿੱਚ ਸੀ। ਅਤੇ ਤੁਹਾਡੇ ਯਕੀਨਨ ਤੌਰ 'ਤੇ ਜ਼ਿਹਨ 'ਚ ਇੱਕ ਤੁਹਾਡੇ ਪਿੰਡ ਦੀ ਇਮੇਜ ਬਣੀ ਹੁੰਦੀ ਹੈ, ਅਤੇ ਕਿਉਂਕਿ ਮੇਰੇ ਬਜ਼ੁਰਗ ਤਾਂ ਨਹੀਂ ਰਹੇ ਅਤੇ ਉਹ ਹਮੇਸ਼ਾ ਤਰਸਦੇ ਰਹੇ ਆਪਣੇ ਪਿੰਡ ਆਉਣ ਨੂੰ, ਕਿਉਂਕਿ ਉਹਨਾਂ ਨੇ ਘਰ ਆਲਮੋਸਟ ਜਿਸ ਤਰ੍ਹਾਂ ਪਾਰਟੀਸ਼ਨ ਤੋਂ ਕੁਛ 4-5 ਸਾਲ ਪਹਿਲਾਂ ਹੀ ਬਣਾਇਆ ਸੀ, ਅਤੇ ਉਹ ਕਾਫੀ ਜਿਸ ਤਰ੍ਹਾਂ ਦੁਖੀ ਰਹੇ ਜਿਹੜੇ ਆਪਣੇ ਪਿੰਡ ਤੋਂ ਲਾਈਕ ਦੂਰ ਜਾ ਕੇ, ਐਂਡ ਹਮੇਸ਼ਾ ਆਪਣੇ ਹੀ ਪਿੰਡ ਦੀਆਂ ਗੱਲਾਂ ਕਰਦੇ, ਨਵੇਂ ਪਿੰਡ ਵਸੇ ਪਰ ਫਿਰ ਵੀ ਜਿਹੜੇ ਪੁਰਾਣੇ ਪਿੰਡ ਦੀ ਜਿਹੜੀ ਯਾਦ ਹੈ ਉਹ ਕਿਸੇ ਦਿਲੋਂ 'ਚੋਂ ਨਹੀਂ ਨਿਕਲੀ। ਅਤੇ ਕੁਛ ਪਿੰਡ ਵਿੱਚ ਰਹਿਣ ਕਰਕੇ ਅਤੇ ਆਪਣੀ ਦਾਦੀ ਨਾਲ ਬਹੁਤ ਸਾਰਾ ਸਮਾਂ ਗੁਜ਼ਾਰਨ ਕਰਕੇ ਇਸ ਪਿੰਡ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਨੇ ਉਹ ਮੈਨੂੰ ਪਤਾ ਲੱਗੀਆਂ, ਅਤੇ ਕਿਤੇ ਨਾ ਕਿਤੇ ਇੱਕ ਚਾਹ ਸੀ ਵੀ ਸ਼ਾਇਦ ਅੱਜ ਕਿਉਂਕਿ ਉਹ ਨਹੀਂ ਹੈਗੇ ਇਸ ਦੁਨੀਆ 'ਚ, ਐਟਲੀਸਟ ਇੱਕ ਆਪਣੀਆਂ ਯਾਦਾਂ ਦੇ ਵਿੱਚ ਅਤੇ ਜਿਹੜੀਆਂ ਉਹਨੇ ਰੂਹਾਂ ਦੇ ਵਿੱਚ ਯਾਦਾਂ ਦੇ ਵਿੱਚ ਉਹਨਾਂ ਨੂੰ ਇੱਥੇ ਲਿਆ ਕੇ ਇੱਕ ਵਾਰੀ ਉਹਨਾਂ ਦੇ ਘਰ ਜਿਹੜਾ ਵਾਪਸ ਆਉਣ ਦਾ ਮੌਕਾ ਮਿਲੇ, ਜਿੱਥੇ ਕਿ ਉਹ ਜਿੱਤੇ ਜੀਤੇ ਨਹੀਂ ਆ ਸਕੇ, ਪਰ ਕਿਉਂਕਿ 75 ਸਾਲ ਹੋ ਚੁੱਕੇ ਨੇ ਅਤੇ ਐਟਲੀਸਟ ਮੈਂ ਜਿਹੜੇ ਮੇਰੇ ਐਨਸੈਸਟਰ ਜਾਂ ਜਿਹੜੇ ਮੇਰੇ ਵਡੇਰੇ ਨੇ ਮੈਂ ਉਹਨਾਂ ਨੂੰ ਜਿਹੜਾ ਉਹਨਾਂ ਦੇ ਘਰ ਵਾਪਸ ਲਿਆਉਣਾ ਚਾਹੁੰਦਾ ਸਾਂ। ਫਿਰ ਅਸੀਂ ਉਸ ਤੋਂ ਬਾਅਦ ਘਰ ਵੇਖਣ ਤੋਂ ਬਾਅਦ ਅਸੀਂ ਜੀ ਅਗਲਾ ਗਏ ਚੱਕ ਚੁੰਮਰਾ ਰੇਲਵੇ ਸਟੇਸ਼ਨ,
ਚੱਕ ਝੁੰਮਰਾ ਰੇਲਵੇ ਸਟੇਸ਼ਨ ਜ਼ਰੂਰੀ ਇਸ ਲਈ ਸੀ ਕਿਉਂਕਿ ਉਹ ਟ੍ਰੇਨ ਸਟੇਸ਼ਨ ਹੈ ਜਿੱਥੋਂ ਕਿ ਮੇਰੇ ਜਿਹੜੇ ਦਾਦੀ ਜੀ ਦੀ ਪਾਰਟੀਸ਼ਨ ਜਰਨੀ ਜਿਹੜੀ ਹੈ ਸਟਾਰਟ ਹੋਈ। ਅਤੇ ਜਦੋਂ ਅਸੀਂ ਸਟੇਸ਼ਨ ਜਾ ਰਹੇ ਸੀ ਮੈਂ ਉਹ ਰਾਹ ਵੇਖ ਰਿਹਾ ਸਾਂ ਕਿ ਜਿੱਥੋਂ ਉਹਨਾਂ ਦਾ ਗੁਜ਼ਰਦਾ ਹੋਇਆ ਉਹਨਾਂ ਦਾ ਟਾਂਗਾ ਅਲੱਗ ਸਟੇਸ਼ਨ ਲਈ ਗਿਆ ਹੋਏਗਾ। ਜਸ਼ਨ ਸਿੰਘ ਬਾਜਵਾ ਜੀ ਉਸੇ ਹੀ ਜਗ੍ਹਾ 'ਤੇ ਮੌਜੂਦ ਹੋ ਜਿੱਥੇ 75 ਸਾਲ ਪਹਿਲੇ ਤੁਹਾਡੇ ਦਾਦਾ ਦਾਦੀ ਔਰ ਫੈਮਿਲੀ ਦੇ ਬਾਕੀ ਲੋਕ ਮੌਜੂਦ ਸਨ। ਕੀ ਦੱਸਦੇ ਹਨ ਕਿ ਕਿਵੇਂ ਇੱਥੇ ਅਪੜੇ ਔਰ ਕਿਵੇਂ ਫਿਰ ਇੱਥੋਂ ਅੱਗੇ ਜਾਣਾ ਹੋਇਆ? ਜਿਸ ਤਰ੍ਹਾਂ ਫਿਰ ਬਾਜਵਾ ਸਾਹਿਬ ਦੱਸ ਰਹੇ ਸਨ ਵੀ ਜਿਸ ਤਰ੍ਹਾਂ ਰਾਹ ਜਿਹੜਾ ਸੀ ਕੱਚਾ ਰਾਹ ਸੀ ਅਤੇ ਘੋੜੀਆਂ ਦੇ ਉੱਤੇ ਹੀ ਜਾਂਦੇ ਸੀ, ਘੋੜੀਆਂ ਜਾਂ ਟਾਂਗੇ ਹੀ ਉਸ ਜ਼ਮੀਨ ਦਾ ਸਾਧਨ ਸੀ। ਸੋ ਜਦੋਂ ਪਿੰਡ 'ਚੋਂ ਨਿਕਲੇ ਨੇ ਅਤੇ ਉਹਨਾਂ ਨੂੰ ਇਹ ਉਮੀਦ ਸੀ ਵੀ ਉਹਨਾਂ ਨੇ ਵਾਪਸ ਆ ਜਾਣਾ ਅਤੇ ਉਹਨਾਂ ਨੇ ਇੱਕ ਜਿਹੜੇ ਘਰ ਦਾ ਜਿਹੜਾ ਕੀਮਤੀ ਸਮਾਨ ਹੁੰਦਾ ਹੈ ਉਹ ਕਹਿੰਦੇ ਸੀ ਵੀ ਉਹ ਚਲੋ ਨਾਲ ਲੈ ਜਾਂਦੇ, ਬਾਕੀ ਦਾ ਸਮਾਨ ਚਲੋ ਇੱਥੇ ਪਿਆ ਰਹੇਗਾ ਅਤੇ ਅਸੀਂ ਜਿਹੜਾ ਹੈ ਲਾਈਕ ਵਾਪਸ ਆ ਜਾਵਾਂਗੇ। ਅਤੇ ਫਿਰ ਉਹ ਜਦੋਂ ਪਹਿਲੇ ਟਾਂਗੇ 'ਤੇ ਸਮਾਨ ਲੈ ਕੇ ਆਏ ਅਤੇ ਜਿਹੜੇ ਉਹਨਾਂ ਦੇ ਮੁਜ਼ਾਹਰੇ ਸੀ ਜਾਂ ਜਿਹੜੇ ਉਹਨਾਂ ਕੰਮ ਕਰਦੇ ਸੀ ਜਿਨ੍ਹਾਂ ਨੇ ਪੈਕਿੰਗ ਕਰਵਾਈ ਅਤੇ ਉਹਨਾਂ ਨੇ ਹੀ ਉਹ ਜਿਹੜੇ ਹੋਰ ਲੋਕਾਂ ਨੂੰ ਇਕੱਠਾ ਕਰਕੇ ਅਤੇ ਉਹ ਜਿਹੜਾ ਟਾਂਗਾ ਹੈ ਉਹ ਜਿਹੜਾ ਹੈ ਸਾਡਾ ਸਮਾਨ ਜਿਹੜਾ ਹੈ ਉਹ ਲੁੱਟ ਲਿਆ। ਅਤੇ ਫਿਰ ਕਿਉਂਕਿ ਦਾਦਾ ਜੀ ਥੋੜ੍ਹੇ ਰੋਹ ਵਾਲੇ ਸੀ ਉਹਨਾਂ ਨੇ ਕਿਹਾ ਇਹ ਕੀ ਕੀਤਾ ਜੀ, ਅਤੇ ਇਸ 'ਤੇ ਉਹ ਲੱਕ ਮਜ਼ਾਰੇ ਨਾਰਾਜ਼ ਹੋ ਕੇ ਜਦੋਂ ਉਹਨੇ ਲੱਕ ਐਨ ਤਲਵਾਰ ਉਹਨਾਂ ਨੂੰ ਮਾਰਨ ਲੱਗਾ ਹੈ ਅਤੇ ਉਹ ਫਿਰ ਟਾਂਗਾ ਭਜਾ ਕੇ ਅਤੇ ਉਹ ਵਾਪਸ ਪਿੰਡ ਲੈ ਗਏ ਨੇ। ਅਤੇ ਫਿਰ ਉੱਥੇ ਉਹਨਾਂ ਨੇ ਬੀਬੀਆਂ ਨੂੰ ਕਿਹਾ ਵੀ ਜੋ ਵੀ ਸਮਾਨ ਹੈ ਉਹ ਜਿਹੜਾ ਉਹ ਸਮੇਟ ਲਓ ਅਤੇ ਜਿਹੜਾ ਟਾਂਗਾ ਲੈ ਕੇ ਅਤੇ ਅਸੀਂ ਸਾਨੂੰ ਹੁਣ ਜਿਹੜਾ ਗੱਡੀ 'ਤੇ ਜਿਹੜਾ ਚੜ੍ਹਨਾ ਪੈਣਾ ਵੀ ਹੁਣ ਇਹ ਜਿਹੜਾ ਕੰਮ ਖਰਾਬ ਹੈ ਅਤੇ ਹੁਣ ਜਾਣਾ ਹੀ ਪੈਣਾ। ਅਤੇ ਫਿਰ ਉਹਨਾਂ ਸ਼ਾਇਦ ਦਿਲ ਵੀ ਟੁੱਟ ਗਿਆ ਸੀ ਕਿਉਂਕਿ ਜੋ ਵੀ ਸੀ ਉਹ ਬੰਦੇ ਨੇ ਜਿਨ 'ਤੇ ਹਮਲਾ ਕੀਤਾ ਉਹ ਸ਼ਾਇਦ ਕਈ ਸਾਲਾਂ ਤੋਂ ਉਹਨਾਂ ਦੇ ਨਾਂ 'ਤੇ ਜ਼ਮੀਨ ਵਾਹ ਰਿਹਾ ਸੀ ਅਤੇ ਉਹ ਬੜਾ ਉਹਨਾਂ ਦਾ ਦਿਲ ਜਿਹੜਾ ਦੁਖੀ ਹੋਇਆ ਅਤੇ ਉੱਥੋਂ ਫਿਰ ਉਹ ਥੋੜ੍ਹਾ ਦਿਲ ਛੱਡ ਗਏ ਵੀ ਹੁਣ ਤਾਂ ਜੇ ਜਾਣਾ ਹੀ ਪੈਣਾ। ਅਤੇ ਫਿਰ ਬਾਕੀ ਜਿਹੜਾ ਘਰ ਦਾ ਥੋੜ੍ਹਾ ਬਹੁਤ ਸਮਾਨ ਸੀ ਉਹ ਉਹਨਾਂ ਨੇ ਇੱਕ ਦੋ ਟਰੰਕ ਪੈਕ ਕੀਤੇ। ਦੋ ਗੱਡੀਆਂ ਦੇ ਵਿੱਚ ਜਾਂਦੇ ਨਹੀਂ ਜਾਂ ਇੱਕ ਗੱਡੀ ਦੇ ਵਿੱਚ ਹੀ ਸਾਰਾ ਗਿਆ? ਕਿਉਂਕਿ ਤੁਸੀਂ ਦੱਸਦੇ ਹੋ ਕਿ ਦੋ ਗੱਡੀਆਂ ਦੇ ਵਿੱਚ ਇਸ ਤਰ੍ਹਾਂ ਵਾਕਿਆ ਹੋਇਆ ਜੀ ਕਿ ਜਦੋਂ ਟਾਂਗੇ 'ਤੇ ਆਏ ਨੇ ਭੀੜ ਬਹੁਤ ਜ਼ਿਆਦਾ ਸੀ ਇਹ ਸਟੇਸ਼ਨ 'ਤੇ, ਜਿਸ ਤਰ੍ਹਾਂ ਜਿੰਨੇ ਵੀ ਚੱਕ ਝੁੰਮਰੇ ਦੇ ਨੇੜੇ ਤੇੜੇ ਦੇ ਪਿੰਡ ਸੀ ਇੱਥੇ ਕੈਂਪ ਬਣਾਇਆ ਗਿਆ ਸੀ ਜਿਹੜਾ ਕਿ ਚੱਕ ਝੁੰਮਰਾ ਮੰਡੀ ਦੇ ਵਿੱਚ ਸੀ। ਅਤੇ ਕਿਉਂਕਿ ਇਹ ਥੋੜ੍ਹੀ ਜਿਹੀ ਸਰਦਾਰ ਫੈਮਿਲੀ ਹੋਣ ਕਰਕੇ ਇਹ ਆਪਣੀ ਜਿਹੜੀ ਰਿਹਾਇਸ਼ 'ਚ ਹੀ ਰਹੇ, ਇਹ ਆਪਣੇ ਟਾਂਗੇ ਤੋਂ ਜਿਹੜੇ ਨੇ ਉੱਤਰ ਕੇ ਅਤੇ ਇਹ ਸਿੱਧੇ ਜਿਹੜੇ ਨੇ ਇੱਥੇ ਲੱਕ ਸਟੇਸ਼ਨ 'ਤੇ ਪਹੁੰਚੇ। ਮੇਰੀ ਦਾਦੀ ਅਕਸਰ ਕਿਹਾ ਕਰਦੇ ਸਨ ਕਿ ਸਾਡੀਆਂ ਜੜ੍ਹਾਂ ਬੜੀਆਂ ਲੰਮੀਆਂ ਨੇ, ਏਡੀ ਛੇਤੀ ਨਹੀਂ ਪੁੱਟੀਆਂ ਜਾਂਦੀਆਂ। ਅਤੇ ਫਿਰ ਜਦੋਂ ਚੜ੍ਹਦੇ ਪੰਜਾਬ ਵੀ ਗਏ ਅਤੇ ਬੜੇ ਮਯੂਸ ਹੋ ਕੇ ਉਹਨਾਂ ਨੇ ਕਿਹਾ ਵੀ ਕਹਿਣਾ ਵੀ ਜੜ੍ਹਾਂ ਹੀ ਪੱਟਤਾ। ਪਰ ਸ਼ਾਇਦ ਮੈਂ ਅੱਜ ਆਪਣੀ ਦਾਦੀ ਮੇਰੇ ਜ਼ਿੰਦਾ ਨਹੀਂ, ਪਰ ਸ਼ਾਇਦ ਅੱਜ ਮੈਂ ਇਹ ਮਹਿਸੂਸ ਕਰ ਸਕਦਾ ਕਿ ਜੜ੍ਹਾਂ ਵਾਕਿਆ ਹੀ ਲੰਬੀਆਂ ਸਨ ਜਿਹੜੀਆਂ ਸਿਆਲਕੋਟ ਤੋਂ ਲੈਲਪੁਰ ਤੱਕ ਤੁਰਦੀਆਂ ਸਨ ਅਤੇ ਅੱਜ ਉਹੀ ਜੜ੍ਹਾਂ ਜਿਹੜੀਆਂ ਨੇ ਮੈਨੂੰ ਖਿੱਚ ਕੇ ਕੈਲੀਫੋਰਨੀਆ ਤੋਂ ਇੱਥੇ ਲੈ ਆਈਆਂ ਨੇ ਅਤੇ ਜੜ੍ਹਾਂ ਸੱਚੀ ਮੁੱਚੀ ਜਿਹੜੀਆਂ ਨੇ ਬਹੁਤ ਲੰਮੀਆਂ ਨੇ ਅਤੇ ਉਹ ਅੱਜ ਵੀ ਬਹੁਤ ਲੰਮੀਆਂ ਨੇ।